ਗੱਲ ਬਹੁਤ ਪੁਰਾਣੇ ਸਮੇਂ ਦੀ ਆ। ਕਿਸੇ ਨਗਰ ਦੇ ਵਿੱਚ ਇੱਕ ਤਵਾਇਫ ਰਹਿੰਦੀ ਸੀ, ਜਿਹਦਾ ਕੰਮ ਸੀ ਲੋਕਾਂ ਨੂੰ ਭਰਮਾਉਣਾ ਤੇ ਉਹਨਾਂ ਨੂੰ ਲੁੱਟਣਾ। ਉਹ ਵੱਖ-ਵੱਖ ਕਸਬਿਆਂ ਦੇ ਵਿੱਚ ਜਾ ਕੇ ਰਹਿਣ ਲੱਗਦੀ, ਉੱਥੇ ਦੇ ਅਮੀਰ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ, ਉਹਨਾਂ ਨੂੰ ਲੁੱਟ ਕੇ ਫਿਰ ਉਹ ਅਗਲੇ ਕਸਬੇ ਵੱਲ ਚਲੀ ਜਾਂਦੀ ਸੀ। ਇਦਾਂ ਹੀ ਇੱਕ ਵਾਰ ਉਹ ਇੱਕ ਕਸਬੇ ਦੇ ਵਿੱਚ ਗਈ, ਉੱਥੇ ਜਾ ਕੇ ਇੱਕ ਮਕਾਨ ਕਿਰਾਏ ਤੇ ਰਹਿਣ ਲਈ ਲੈ ਲਿਆ। ਆਲੇ ਦੁਆਲੇ ਦੇ ਉਹਨੇ ਪਤਾ ਕੀਤਾ ਕਿੱਥੇ ਕਿੰਨੇ ਅਮੀਰ ਲੋਕ ਰਹਿੰਦੇ ਆ। ਉਹਨਾਂ ਨੂੰ ਆਪਣੇ ਹੁਸਨ ਦੇ ਜਾਲ ਵਿੱਚ ਫਸਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ। ਉਹ ਜਿਸ ਨਗਰ ਵਿੱਚ ਗਈ ਸੀ ਉਹ ਮੁਸਲਮਾਨਾਂ ਦਾ ਨਗਰ ਸੀ। ਉੱਥੇ ਦੇ ਲੋਕ ਬੜੇ ਪੱਕੇ ਨਵਾਜੀ ਸੀ, 5 ਵਕਤ ਦੀ ਨਮਾਜ਼ ਪੜ੍ਹਦੇ, ਚੰਗੇ ਕਰਮ ਕਰਦੇ। ਪਰ ਹੁਣ ਉਸ ਇਲਾਕੇ ਦੇ ਵਿੱਚ ਇੱਕ ਤਵਾਇਫ ਚਲੀ ਗਈ ਸੀ। ਜਦੋਂ ਵੀ ਉਸ ਕਸਬੇ ਦੇ ਵਿੱਚ ਅਜ਼ਾਨ ਹੁੰਦੀ ਤਾਂ ਉਸੇ ਵੇਲੇ ਹੀ ਉਹ ਤਵਾਇਫ ਆਪਣੀ ਬੜੀ ਮੋਹਣੀ ਆਵਾਜ਼ ਦੇ ਨਾਲ ਉੱਥੇ ਦੇ ਰਹਿਣ ਵਾਲੇ ਮਰਦਾਂ ਨੂੰ ਭਰਮਾਉਂਦੀ। ਹੌਲੀ ਹੌਲੀ ਉੱਥੇ ਦੇ ਮਰਦ ਵੀ ਉਹਦੇ ਜਾਲ ਵਿੱਚ ਫਸਣ ਲੱਗ ਪਏ। ਉਧਰੋਂ ਅਜ਼ਾਨ ਹੁੰਦੀ ਉਹ ਮਸਜਿਦ ਵਿੱਚ ਵੀ ਜਾਣਾ ਭੁੱਲ ਜਾਂਦੇ, ਉਸ ਤਵਾਇਫ ਦੀ ਆਵਾਜ਼ ਨੂੰ ਸੁਣ ਕੇ ਉੱਥੇ ਹੀ ਠਹਿਰ ਜਾਂਦੇ। ਉਹਨਾਂ ਨੇ ਮਸਜਿਦ ਜਾਣਾ ਵੀ ਛੱਡ ਦਿੱਤਾ। ਹੌਲੀ ਹੌਲੀ ਉਸ ਕਸਬੇ ਦੇ ਸਾਰੇ ਮਰਦ ਮਸਜਿਦ ਵਿੱਚ ਜਾਣਾ ਛੱਡ ਦਿੰਦੇ ਆ। ਉਹਦੀ ਮਨਮੋਹਣੀ ਆਵਾਜ਼ ਤੇ ਉਹਦੀ ਸੁੰਦਰਤਾ ਵੱਲ ਖਿੱਚੇ ਹੋਏ ਉਹਦੇ ਕੋਲ ਹੀ ਚਲੇ ਜਾਂਦੇ ਆ। ਉਹਨੇ ਕਸਬੇ ਦੇ ਜਿੰਨੇ ਵੀ ਅਮੀਰ ਲੋਕ ਸੀ ਸਾਰਿਆਂ ਨੂੰ ਆਪਣੇ ਹੁਸਨ ਦੇ ਜਾਲ ਵਿੱਚ ਫਸਾ ਲਿਆ ਸੀ। ਹੁਣ ਸਾਰਾ ਨਗਰ ਅੱਲਾਹ ਤਾਲਾ ਨੂੰ ਭੁੱਲ ਚੁੱਕਾ ਸੀ। ਸਾਰੇ ਨਗਰ ਦੇ ਜਿੰਨੇ ਵੀ ਅਮੀਰ ਲੋਕ ਸੀ ਸਾਰੇ ਹੀ ਉਹਦੇ ਜਾਲ ਵਿੱਚ ਫਸ ਚੁੱਕੇ ਸੀ। ਪੂਰੇ ਦਾ ਪੂਰਾ ਕਸਬਾ ਅੱਲਾਹ ਪਾਕ ਤੋਂ ਮੁਨਕਰ ਹੋ ਚੁੱਕਾ ਸੀ, ਸਿਵਾਏ ਇੱਕ ਪਰਿਵਾਰ ਦੇ। ਉਸ ਪਰਿਵਾਰ ਦੇ ਵਿੱਚ ਇੱਕ ਔਰਤ ਆਪਣੇ ਪਤੀ ਦੇ ਨਾਲ ਰਿਹਾ ਕਰਦੀ ਸੀ। ਉਹ ਬੜੀ ਨੇਕ, ਬੜੀ ਚੰਗੀ ਔਰਤ ਸੀ। ਜਦੋਂ ਵੀ ਅਜ਼ਾਨ ਹੁੰਦੀ ਉਹ ਵਜ਼ੂ ਕਰਕੇ ਅੱਲਾਹ ਪਾਕ ਦੀ ਨਵਾਜ਼ ਜ਼ਰੂਰ ਪੜ੍ਹਦੀ। ਉਸ ਮੀਆਂ ਬੀਬੀ ਨੂੰ ਛੱਡ ਕੇ ਪੂਰਾ ਕਸਬਾ ਹੁਣ ਮਸਜਿਦ ਜਾਣਾ ਭੁੱਲ ਚੁੱਕਾ ਸੀ, ਪਰ ਉਹ ਦੋਵੇਂ ਮੀਆਂ ਬੀਬੀ ਅਜ਼ਾਨ ਦੇ ਵਕਤ ਬਾਵਜ਼ੂ ਹੋ ਕੇ ਅੱਲਾਹ ਪਾਕ ਦੀ ਨਵਾਜ਼ ਜ਼ਰੂਰ ਪੜ੍ਹਦੇ। ਉਸ ਤਵਾਇਫ ਨੇ ਉਹਨਾਂ ਤੇ ਵੀ ਜਾਦੂ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਹੁਸਨ ਦਾ ਜਾਦੂ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਤੇ ਅੱਲਾਹ ਪਾਕ ਦਾ ਰਹਿਮੋ ਕਰਮ ਸੀ, ਉਹਨਾਂ ਤੇ ਕੋਈ ਅਸਰ ਨਾ ਪਿਆ। ਹੌਲੀ ਹੌਲੀ ਥੋੜ੍ਹਾ ਸਮਾਂ ਹੋਰ ਗੁਜ਼ਰਿਆ, ਉਸ ਕਸਬੇ ਦੇ ਹਾਲਾਤ ਬੜੇ ਮਾੜੇ ਹੋ ਚੁੱਕੇ ਸੀ, ਸਾਰੇ ਲੋਕ ਅੱਲਾਹ ਪਾਕ ਤੋਂ ਮੁਨਕਰ ਹੋ ਚੁੱਕੇ ਸੀ। ਇੱਕ ਦਿਨ ਉਹ ਨੇਕ ਔਰਤ ਆਪਣੇ ਸ਼ੌਹਰ ਨੂੰ ਕਹਿਣ ਲੱਗੀ ਕਿ ਮੈਂ ਉਸ ਤਵਾਇਫ ਤੋਂ ਬੜੀ ਪਰੇਸ਼ਾਨ ਹਾਂ। ਉਹਨੇ ਪੂਰੇ ਨਗਰ ਦੇ ਮਰਦਾਂ ਨੂੰ ਆਪਣੇ ਪਿੱਛੇ ਲਾ ਰੱਖਿਆ। ਹੌਲੀ ਹੌਲੀ ਲੋਕ ਉਹਦੇ ਪਿੱਛੇ ਲਾ ਕੇ ਬੁੱਤ ਦੀ ਵੀ ਪੂਜਾ ਕਰਨ ਲੱਗ ਪਏ। ਪੂਰੇ ਦਾ ਪੂਰਾ ਕਸਬਾ ਅੱਲਾਹ ਪਾਕ ਤੋਂ ਮੁਨਕਰ ਹੋ ਗਿਆ। ਸਾਡੇ ਕਸਬੇ ਦਾ ਕੀ ਬਣੇਗਾ? ਅੱਲਾਹ ਪਾਕ ਕਿਤੇ ਸਾਡੇ ਕਸਬੇ 'ਤੇ ਅਜ਼ਾਬ ਨਾ ਭੇਜ ਦੇਵੇ। ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ। ਆਪਣੀ ਬੇਗਮ ਦੀ ਗੱਲ ਸੁਣ ਕੇ ਉਹਦਾ ਸ਼ੌਹਰ ਕਹਿਣ ਲੱਗਾ ਕਿ ਅਸੀਂ ਸਿਰਫ ਦੁਆ ਕਰ ਸਕਦੇ ਹਾਂ, ਇਹਦੇ ਸਿਵਾ ਸਾਡੇ ਹੱਥ ਵਿੱਚ ਕੁਝ ਨਹੀਂ। ਉਹਨਾਂ ਨੇ ਅੱਲਾਹ ਪਾਕ ਦੇ ਅੱਗੇ ਦੁਆਵਾਂ ਕੀਤੀਆਂ, ਉਹਨਾਂ ਦੀਆਂ ਦੁਆਵਾਂ ਮਨਜ਼ੂਰ ਵੀ ਹੋਈਆਂ ਕਿ ਅੱਲਾਹ ਪਾਕ ਦੇ ਰਹਿਮੋ ਕਰਮ ਦੇ ਨਾਲ ਇੱਕ ਦਿਨ ਇੱਕ ਫਕੀਰ ਉਹਨਾਂ ਦੇ ਕਸਬੇ ਦੇ ਕੋਲੋਂ ਲੰਘ ਰਹੇ ਸੀ।
ਉਸ ਕਸਬੇ ਤੋਂ ਲੰਘਦੇ ਹੋਏ ਫਕੀਰਾਂ ਨੇ ਸੋਚਿਆ ਕਿ ਕਿਉਂ ਨਾ ਮੈਂ ਕੁਝ ਦਿਨ ਇਸ ਕਸਬੇ ਵਿੱਚ ਰੁਕ ਜਾਵਾਂ। ਮੈਂ ਸੁਣਿਆ ਇਸ ਕਸਬੇ ਦੇ ਲੋਕ, ਇੱਥੋਂ ਤੱਕ ਕਿ ਬੱਚੇ ਬੱਚੇ, 5 ਵਕਤ ਦੇ ਨਵਾਜ਼ੀ ਆ, ਬੜੇ ਨੇਕ ਲੋਕ ਇੱਥੇ ਰਹਿੰਦੇ ਆ। ਫਕੀਰਾਂ ਨੇ ਆਪਣੇ ਦਿਲ ਵਿੱਚ ਸੋਚ ਕੇ ਉਸ ਨਗਰ ਦੇ ਵਿੱਚ ਡੇਰਾ ਲਾਉਣ ਬਾਰੇ ਸੋਚਿਆ। ਜਿੱਦਾਂ ਹੀ ਫਕੀਰ ਉਸ ਨਗਰ ਦੇ ਵਿੱਚ ਵੜੇ, ਉਹ ਇਹ ਦੇਖ ਕੇ ਬੜੇ ਹੈਰਾਨ ਰਹਿ ਗਏ ਕਿ ਇੱਕ ਪਾਸੇ ਮਸਜਿਦ ਸੀ ਤੇ ਇੱਕ ਪਾਸੇ ਉਹ ਬੁੱਤ ਰੱਖਿਆ ਹੋਇਆ ਸੀ। ਉੱਥੇ ਦੇ ਲੋਕ ਮਸਜਿਦ ਵਿੱਚ ਜਾਣ ਦੀ ਬਜਾਏ ਉਸ ਬੁੱਤ ਦੀ ਪੂਜਾ ਕਰ ਰਹੇ ਸੀ। ਫਕੀਰ ਇਹ ਦੇਖ ਕੇ ਬੜੇ ਹੈਰਾਨ ਪਰੇਸ਼ਾਨ ਹੋ ਗਏ ਕਿ ਮੁਸਲਮਾਨ ਲੋਕ, ਇਹਨਾਂ ਨੂੰ ਕੀ ਹੋ ਗਿਆ? ਇਸਲਾਮ ਵਿੱਚ ਤਾਂ ਬੁੱਤ ਦੀ ਪੂਜਾ ਨੂੰ ਵੀ ਹਰਾਮ ਮੰਨਿਆ ਗਿਆ ਤੇ ਸਾਰੇ ਲੋਕ ਬੁੱਤ ਦੀ ਪੂਜਾ ਕਰ ਰਹੇ ਆ। ਫਕੀਰਾਂ ਨੇ ਸੋਚਿਆ ਕਿ ਮੈਨੂੰ ਇੱਥੇ ਕੁਝ ਦਿਨ ਠਹਿਰਨਾ ਚਾਹੀਦਾ, ਇਹਨਾਂ ਲੋਕਾਂ ਨੂੰ ਸਿੱਧੇ ਰਸਤੇ 'ਤੇ ਪਾਉਣਾ ਚਾਹੀਦਾ ਕਿਉਂਕਿ ਇਹ ਲੋਕ ਅੱਲਾਹ ਦੇ ਦੀਨ ਨੂੰ ਭੁੱਲ ਚੁੱਕੇ ਆ। ਫਕੀਰ ਅਜੇ ਅੱਗੇ ਵਧੇ ਸੀ ਕਿ ਉਹਨਾਂ ਨੇ ਦੇਖਿਆ ਇੱਕ ਤਵਾਇਫ ਉੱਥੇ ਦੇ ਮਰਦਾਂ ਨੂੰ ਕਹਿ ਰਹੀ ਸੀ ਕਿ ਮੈਂ ਉਹਦੇ ਨਾਲ ਹੀ ਪਿਆਰ ਕਰਾਂਗੀ ਜਿਹੜੇ ਇਸ ਬੁੱਤ ਦੀ ਪੂਜਾ ਕਰਨਗੇ। ਇਹੀ ਬੁੱਤ ਸਾਡੀਆਂ ਆਸਾਂ ਮੁਰਾਦਾਂ ਨੂੰ ਪੂਰਾ ਕਰਦਾ, ਇਹੀ ਸਾਡੀ ਝੋਲੀ ਭਰਦਾ ਅਤੇ ਮੈਂ ਉਹਨੂੰ ਹੀ ਖੁਸ਼ ਰੱਖਾਂਗੀ ਜਿਹੜਾ ਮਰਦ ਇਸ ਬੁੱਤ ਦੀ ਪੂਜਾ ਕਰੇਗਾ। ਅਤੇ ਸਾਰੇ ਲੋਕ ਉਹਦੇ ਪਿੱਛੇ ਲੱਗ ਕੇ ਬੁੱਤ ਦੀ ਹੀ ਪੂਜਾ ਕਰ ਰਹੇ ਸੀ, ਅੱਲਾਹ ਪਾਕ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੇ ਸੀ। ਫਕੀਰਾਂ ਨੂੰ ਇਹ ਸਭ ਕੁਝ ਹੁੰਦਾ ਦੇਖ ਕੇ ਗੁੱਸਾ ਤਾਂ ਆਇਆ ਪਰ ਉਹ ਆਪਣੇ ਗੁੱਸੇ ਨੂੰ ਪੀ ਗਏ। ਉਹਨਾਂ ਨੇ ਉੱਥੇ ਰਹਿ ਕੇ ਲੋਕਾਂ ਨੂੰ ਸਹੀ ਰਸਤੇ 'ਤੇ ਪਾਉਣ ਬਾਰੇ ਸੋਚਿਆ। ਫਕੀਰ ਉੱਥੋਂ ਨਿਕਲ ਕੇ ਅੰਗੂਰਾਂ ਦੀ ਇੱਕ ਬੇਲ ਦੇ ਥੱਲੇ ਬੈਠ ਗਏ ਅਤੇ ਸੋਚਣ ਲੱਗੇ ਇਸ ਨਗਰ ਦੇ ਵਿੱਚ ਕੀ ਹੋ ਰਿਹਾ। ਰਾਤ ਦਾ ਕਾਫੀ ਸਮਾਂ ਗੁਜ਼ਰ ਚੁੱਕਾ ਸੀ, ਤੁਹਾਜਤ ਦੀ ਨਵਾਜ਼ ਦਾ ਵਕਤ ਹੋ ਚੁੱਕਾ ਸੀ। ਫਕੀਰ ਉੱਠੇ, ਵਜ਼ੂ ਕੀਤਾ ਅਤੇ ਨਵਾਜ਼ ਪੜ੍ਹਨ ਲੱਗ ਪਏ। ਉੱਧਰੋਂ ਫਕੀਰ ਅੱਲਾ ਪਾਕ ਦੀ ਇਬਾਦਤ ਕਰ ਰਹੇ ਸੀ, ਉੱਧਰੋਂ ਉਸ ਨਗਰ ਦੇ ਕੁਝ ਲੋਕ ਉੱਧਰ ਨਿਕਲ ਆਏ। ਉਹਨਾਂ ਨੇ ਦੇਖਿਆ ਕਿ ਇੱਕ ਬਜ਼ੁਰਗ ਅੰਗੂਰਾਂ ਦੀ ਬੇਲ ਦੇ ਥੱਲੇ ਬੈਠੇ ਹੋਏ ਇਬਾਦਤ ਕਰ ਰਹੇ ਆ। ਉਹਨਾਂ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ, ਉਹ ਆਪਣੇ ਗੁੱਸੇ ਵਿੱਚ ਬੋਲਦੇ ਬੋਲਦੇ ਉਸ ਤਵਾਇਫ ਦੇ ਕੋਲ ਗਏ ਅਤੇ ਜਾ ਕੇ ਦੱਸਿਆ ਕਿ ਬਾਹਰੋਂ ਕਿਸੇ ਨਗਰ ਦੇ ਵਿੱਚੋਂ ਇੱਕ ਬਜ਼ੁਰਗ ਆ ਕੇ ਅੰਗੂਰਾਂ ਦੀ ਬੇਲ ਦੇ ਥੱਲੇ ਬੈਠ ਕੇ ਨਮਾਜ਼ ਪੜ੍ਹ ਰਹੇ ਆ, ਇਬਾਦਤ ਕਰ ਰਹੇ ਆ। ਤਵਾਇਫ ਨੇ ਆਪਣੇ ਕੁਝ ਬੰਦੇ ਭੇਜ ਕੇ ਕਿਹਾ ਕਿ ਜਾਓ ਪਤਾ ਕਰੋ ਉਹ ਬਜ਼ੁਰਗ ਕੌਣ ਆ ਅਤੇ ਉਹਨੂੰ ਇਸ ਨਗਰ ਦੇ ਵਿੱਚੋਂ ਬਾਹਰ ਕੱਢ ਕੇ ਆਓ। ਤਵਾਇਫ ਦੇ ਕੁਝ ਲੋਕ ਉਸ ਬਜ਼ੁਰਗ ਦੇ ਕੋਲ ਆਏ, ਫਕੀਰ ਦੇ ਕੋਲ। ਫਕੀਰ ਆਪਣੀ ਇਬਾਦਤ ਵਿੱਚ ਮਸ਼ਗੂਲ ਸੀ। ਥੋੜ੍ਹੇ ਸਮੇਂ ਬਾਅਦ ਜਦੋਂ ਉਹ ਆਪਣੀ ਇਬਾਦਤ ਤੋਂ ਫਾਰਿਗ ਹੋਏ ਤਾਂ ਉਹਨਾਂ ਬੰਦਿਆਂ ਨੇ ਚੀਕਣਾ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਬਜ਼ੁਰਗ ਤੂੰ ਕੌਣ ਆ, ਤੂੰ ਕਿੱਥੋਂ ਆਇਆ, ਤੈਨੂੰ ਕਿਹਨੇ ਭੇਜਿਆ, ਤੂੰ ਸਾਡੇ ਬੁੱਤ ਨੂੰ ਛੱਡ ਕੇ ਕਿਸੇ ਹੋਰ ਦੀ ਇਬਾਦਤ ਨਹੀਂ ਕਰ ਸਕਦਾ, ਇਹ ਨਗਰ ਸਾਡਾ ਆ, ਇੱਥੇ ਰਹਿ ਕੇ ਤੂੰ ਸਿਰਫ ਸਾਡੇ ਬੁੱਤ ਦੀ ਪੂਜਾ ਕਰ ਸਕਦਾ, ਹੋਰ ਕਿਸੇ ਦੀ ਨਹੀਂ। ਫਕੀਰ ਕਹਿਣ ਲੱਗੇ ਮੈਂ ਇੱਕ ਮੁਸਾਫਿਰ ਹਾਂ, ਮੈਂ ਥੱਕਿਆ ਹੋਇਆ ਸੀ, ਨਮਾਜ਼ ਦਾ ਵਕਤ ਹੋ ਚੁੱਕਾ ਸੀ, ਮੈਂ ਸੋਚਿਆ ਕਿਉਂ ਨਾ ਇੱਥੇ ਬੈਠ ਕੇ ਨਮਾਜ਼ ਪੜ੍ਹ ਲਈ ਜਾਵੇ। ਉਹ ਲੋਕ ਕਹਿਣ ਲੱਗੇ ਕਿ ਇਹ ਬਜ਼ੁਰਗ ਤੈਨੂੰ ਪਤਾ ਨਹੀਂ ਕਿ ਇਸ ਨਗਰ ਦੇ ਵਿੱਚ ਕੋਈ ਨਮਾਜ਼ ਨਹੀਂ ਪੜ੍ਹਦਾ। ਫਕੀਰ ਕਹਿਣ ਲੱਗੇ ਕਿਉਂ, ਤੁਸੀਂ ਮੁਸਲਮਾਨ ਨਹੀਂ
ਇਹ ਸੁਣ ਕੇ ਸਾਰੇ ਲੋਕ ਖਾਮੋਸ਼ ਹੋ ਗਏ। ਇੰਨੇ ਚਿਰ ਨੂੰ ਰਾਤ ਦਾ ਹੋਰ ਸਮਾਂ ਗੁਜ਼ਰ ਚੁੱਕਾ ਸੀ, ਫਜ਼ਰ ਦੀ ਨਵਾਜ਼ ਦਾ ਵਕਤ ਹੋ ਚੁੱਕਾ ਸੀ। ਫਕੀਰ ਕਹਿਣ ਲੱਗੇ ਕਿ ਨਵਾਜ਼ ਦਾ ਵਕਤ ਹੋ ਚੁੱਕਾ, ਕੀ ਇੱਥੇ ਕੋਈ ਮਸਜਿਦ ਹੈ ਅਤੇ ਇੱਥੇ ਕੋਈ ਮੁਅਜ਼ਿਨ ਹੈ? ਤਾਂ ਲੋਕ ਕਹਿਣ ਲੱਗੇ, ਨਹੀਂ, ਇੱਥੇ ਕੋਈ ਵੀ ਨਮਾਜ਼ ਨਹੀਂ ਪੜ੍ਹਦਾ। ਉੱਥੇ ਦੇ ਲੋਕ ਕਹਿਣ ਲੱਗੇ, ਅਸੀਂ ਨਮਾਜ਼ ਨਹੀਂ, ਉਹ ਜਿਹੜਾ ਸਾਹਮਣੇ ਬੁੱਤ ਰੱਖਿਆ ਹੋਇਆ ਅਸੀਂ ਉਹਦੀ ਇਬਾਦਤ ਕਰਦੇ ਹਾਂ, ਉਹੀ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਦਾ। ਉਹ ਲੋਕ ਕਹਿਣ ਲੱਗੇ ਕਿ ਥੋੜ੍ਹੇ ਸਮੇਂ ਬਾਅਦ ਤੁਹਾਡੇ ਕੰਨਾਂ ਦੇ ਵਿੱਚ ਵੀ ਇੱਕ ਬਹੁਤ ਸੁਰੀਲੀ ਆਵਾਜ਼ ਪਵੇਗੀ, ਜਿਹਨੂੰ ਸੁਣ ਕੇ ਤੁਸੀਂ ਵੀ ਨਮਾਜ਼ ਪੜ੍ਹਨੀ ਛੱਡ ਦਉਂਗੇ ਅਤੇ ਸਾਡੇ ਵਾਂਗ ਉਸ ਬੁੱਤ ਦੀ ਪੂਜਾ ਕਰੂੰਗੇ। ਉਹੀ ਸੁਰੀਲੀ ਆਵਾਜ਼ ਸਾਡੇ ਕੋਲੋਂ ਇਸ ਬੁੱਤ ਦੀ ਪੂਜਾ ਕਰਵਾ ਰਹੀ ਆ, ਉਹੀ ਸਭ ਕੁਝ ਸਾਡੇ ਕੋਲੋਂ ਕਰਵਾ ਰਹੀ ਆ। ਫਿਰ ਉਹਨਾਂ ਲੋਕਾਂ ਨੇ ਥੋੜ੍ਹੇ ਅੰਗੂਰ ਤੋੜੇ ਅਤੇ ਜਦੋਂ ਵਾਪਸ ਜਾਣ ਲੱਗੇ ਤਾਂ ਫਕੀਰਾਂ ਨੂੰ ਕਹਿਣ ਲੱਗੇ, ਐ ਬਜ਼ੁਰਗ, ਜੇਕਰ ਤੂੰ ਹੋਰ ਇੱਥੇ ਨਮਾਜ਼ ਪੜ੍ਹੀ ਤਾਂ ਤੇਰੇ ਨਾਲ ਬਹੁਤ ਬੁਰਾ ਕੀਤਾ ਜਾਵੇਗਾ। ਉਹਨਾਂ ਲੋਕਾਂ ਦੀ ਇਹ ਧਮਕੀ ਸੁਣ ਕੇ ਫਕੀਰ ਹੱਸਣ ਲੱਗ ਪਏ। ਫਕੀਰ ਮਸਜਿਦ ਦੇ ਵਿੱਚ ਗਏ, ਅਜ਼ਾਨ ਦੇਣ ਲੱਗ ਪਏ। ਫਕੀਰਾਂ ਦੀ ਬੜੀ ਸੁਰੀਲੀ ਆਵਾਜ਼ ਸੁਣ ਕੇ ਕਈ ਲੋਕ ਨਮਾਜ਼ ਵੱਲੋਂ ਆਪਣਾ ਧਿਆਨ ਦੇਣ ਲੱਗ ਪਏ। ਸਾਰੇ ਲੋਕ ਉੱਧਰ ਨੂੰ ਖਿੱਚੇ ਚਲੇ ਜਾਣ ਲੱਗ ਪਏ। ਤਵਾਇਫ ਦੇ ਕੰਨਾਂ ਵਿੱਚ ਵੀ ਉਹ ਆਵਾਜ਼ ਪਈ, ਉਹ ਵੀ ਇੱਕ ਪਲ ਲਈ ਤਾਂ ਆਪਣਾ ਸਭ ਕੁਝ ਭੁੱਲ ਚੁੱਕੀ ਸੀ। ਲੋਕਾਂ ਨੂੰ ਆਪਣੇ ਬੁੱਤ ਤੋਂ ਦੂਰ ਹੁੰਦੇ ਦੇਖ ਕੇ ਉਹ ਤਵਾਇਫ ਕਹਿਣ ਲੱਗੀ, ਐ ਲੋਕੋ, ਤੁਹਾਨੂੰ ਕੀ ਹੋ ਗਿਆ? ਤੁਹਾਡੇ 'ਤੇ ਕਿਹੜਾ ਜਾਦੂ ਅਸਰ ਕਰ ਰਿਹਾ? ਜਿਸ ਬੁੱਤ ਨੂੰ ਛੱਡ ਕੇ ਤੁਸੀਂ ਜਾ ਰਹੇ ਹਾਂ ਉਹੀ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਦਾ, ਮੈਂ ਵੀ ਉਸੇ ਨਾਲ ਪਿਆਰ ਕਰਾਂਗੀ ਜਿਹੜਾ ਇਸ ਬੁੱਤ ਦੀ ਪੂਜਾ ਕਰੇਗਾ। ਉਸ ਤਵਾਇਫ ਦੀ ਆਵਾਜ਼ ਅਤੇ ਉਹਦੇ ਗੁੱਸੇ ਨੂੰ ਦੇਖ ਕੇ ਕਈ ਲੋਕ ਫਿਰ ਵਾਪਸ ਆ ਗਏ ਅਤੇ ਵਾਪਸ ਆ ਕੇ ਉਸੇ ਬੁੱਤ ਦੀ ਪੂਜਾ ਕਰਨ ਲੱਗ ਪਏ। ਫਕੀਰਾਂ ਨੇ ਫਿਰ ਅਜ਼ਾਨ ਦਿੱਤੀ। ਉਸ ਨਗਰ ਦੇ ਵਿੱਚੋਂ ਇੱਕ ਸ਼ਖਸ ਮਸਜਿਦ ਦੇ ਵਿੱਚ ਆਇਆ। ਇਹ ਉਹੀ ਬੰਦਾ ਸੀ ਜਿਹੜਾ ਉਸ ਨੇਕ ਔਰਤ ਦੇ ਨਾਲ ਰਹਿੰਦਾ ਸੀ, ਜਿਹੜੇ ਪੂਰੇ ਨਗਰ ਦੇ ਵਿੱਚ ਉਹੀ ਔਰਤ ਅਤੇ ਸ਼ਖਸ ਨਮਾਜ਼ ਪੜ੍ਹਿਆ ਕਰਦੇ ਸੀ। ਉਸ ਸ਼ਖਸ ਨੂੰ ਦੇਖ ਕੇ ਫਕੀਰਾਂ ਨੇ ਇਮਾਮਤ ਕੀਤੀ, ਨਮਾਜ਼ ਪੜ੍ਹੀ ਅਤੇ ਪੜ੍ਹਾਈ। ਨਮਾਜ਼ ਤੋਂ ਬਾਅਦ ਫਿਰ ਫਕੀਰ ਉਸ ਸ਼ਖਸ ਦੇ ਨਾਲ ਗੱਲਾਂ ਕਰਨ ਲੱਗ ਪਏ। ਫਕੀਰ ਕਹਿਣ ਲੱਗੇ, ਐ ਸ਼ਖਸ, ਮੈਨੂੰ ਲੱਗਦਾ ਕਿ ਇਸ ਤਵਾਇਫ ਦੀ ਆਵਾਜ਼ ਦਾ ਅਸਰ, ਹੁਸਨ ਦਾ ਅਸਰ ਤੇਰੇ 'ਤੇ ਨਹੀਂ ਹੋਇਆ। ਤਾਂ ਉਹ ਸ਼ਖਸ ਕਹਿਣ ਲੱਗਾ, ਹਾਂਜੀ ਹਜ਼ਰਤ, ਮੈਨੂੰ ਛੱਡ ਕੇ ਬਾਕੀ ਪੂਰੇ ਦਾ ਪੂਰਾ ਨਗਰ ਉਸ ਤਵਾਇਫ ਦੇ ਹੁਸਨ ਅਤੇ ਉਹਦੀ ਆਵਾਜ਼ ਦੇ ਪਿੱਛੇ ਦੀਵਾਨਾ ਹੋ ਚੁੱਕਾ। ਉਹ ਅੱਲਾ ਪਾਕ ਨੂੰ, ਅੱਲਾ ਪਾਕ ਦੇ ਦੀਨ ਨੂੰ ਵੀ ਭੁੱਲ ਚੁੱਕੇ ਆ। ਇਸ ਨਗਰ ਦੇ ਹਾਲਾਤ ਬੜੇ ਮਾੜੇ ਆ। ਉਹ ਸ਼ਖਸ ਕਹਿਣ ਲੱਗਾ, ਮੈਂ ਉਸ ਤਵਾਇਫ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਸੀ, ਮੈਂ ਇਹੀ ਦੁਆਵਾਂ ਕਰ ਰਿਹਾ ਸੀ ਕਿ ਅੱਲਾ ਪਾਕ ਸਾਨੂੰ ਬਚਾਉਣ ਲਈ, ਸਾਡੇ ਨਗਰ ਨੂੰ ਬਚਾਉਣ ਦੇ ਲਈ, ਆਪਣੇ ਦੀਨ ਨੂੰ ਬਚਾਉਣ ਦੇ ਲਈ ਕੋਈ ਅੱਲਾ ਦਾ ਵਲੀ ਭੇਜ ਜਿਹੜਾ ਸਾਨੂੰ ਇਸ ਮੁਸੀਬਤ ਤੋਂ ਬਚਾ ਸਕੇ ਅਤੇ ਉਸ ਤਵਾਇਫ ਦੀ ਅਕਲ ਟਿਕਾਣੇ ਲਿਆ ਸਕੇ। ਅੱਲਾ ਪਾਕ ਨੇ ਸਾਡੀ ਦੁਆ ਨੂੰ ਕਬੂਲ ਕੀਤਾ, ਉਹਨਾਂ ਨੇ ਤੁਹਾਨੂੰ ਸਾਡੇ ਨਗਰ ਦੇ ਵਿੱਚ ਭੇਜਿਆ ਅਤੇ ਹੁਣ ਮੈਨੂੰ ਪੂਰੀ ਆਸ ਆ ਕਿ ਤੁਸੀਂ ਸਾਨੂੰ ਅਤੇ ਅੱਲਾ ਦੇ ਦੀਨ ਨੂੰ ਬਚਾ ਲਉਂਗੇ। ਇਹ ਸੁਣ ਕੇ ਫਕੀਰ ਕਹਿਣ ਲੱਗੇ, ਸਭ ਕੁਛ ਅੱਲਾ ਪਾਕ ਦੀ
ਰਜ਼ਾ ਦੇ ਵਿੱਚ ਹੋ ਰਿਹਾ, ਉਹਦੇ ਰਹਿਮੋ ਕਰਮ ਦੇ ਵਿੱਚ ਹੋ ਰਿਹਾ। ਅੱਲਾ ਪਾਕ ਚਾਹੇਗਾ ਤਾਂ ਇਸ ਨਗਰ ਦੇ ਲੋਕ ਫਿਰ ਤੋਂ ਅੱਲਾ ਪਾਕ ਦੇ ਮਰੀਦ ਹੋਣਗੇ, ਨਮਾਜ਼ ਪੜ੍ਹਨਗੇ ਅਤੇ ਇਸ ਨਗਰ ਦੇ ਵਿੱਚ ਅੱਲਾ ਦੇ ਦੀਨ ਦੀਆਂ ਗੱਲਾਂ ਹੋਣਗੀਆਂ। ਉਹ ਸ਼ਖਸ ਤਾਂ ਫਕੀਰਾਂ ਦੇ ਕੋਲੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲਾ ਗਿਆ। ਉਹ ਫਕੀਰ ਫਿਰ ਅੰਗੂਰਾਂ ਦੀ ਬੇਲ ਦੇ ਥੱਲੇ ਬੈਠ ਕੇ ਇਬਾਦਤ ਕਰਨ ਲੱਗ ਪਏ। ਫਿਰ ਉਸ ਤਵਾਇਫ ਨੂੰ ਪਤਾ ਲੱਗਿਆ ਕਿ ਉਹ ਬਜ਼ੁਰਗ ਅਜੇ ਵੀ ਨਗਰ ਦੇ ਵਿੱਚੋਂ ਨਹੀਂ ਗਏ, ਅਜੇ ਵੀ ਅੱਲਾ ਪਾਕ ਦੀ ਇਬਾਦਤ ਕਰ ਰਹੇ ਆ। ਇਹ ਸੁਣ ਕੇ ਉਹਨੂੰ ਬੜਾ ਗੁੱਸਾ ਆਇਆ। ਉਹ ਸੋਚਣ ਲੱਗੀ ਕਿ ਇਹ ਕੌਣ ਆ, ਕਿੱਥੋਂ ਆਇਆ ਜੋ ਮੇਰੇ ਰਾਹ ਦੇ ਵਿੱਚ ਰੋੜੇ ਅਟਕਾ ਰਿਹਾ। ਉਸ ਬਜ਼ੁਰਗ ਨੂੰ ਨਗਰ ਦੇ ਵਿੱਚੋਂ ਕੱਢਣ ਦੇ ਲਈ ਉਹ ਤਵਾਇਫ ਆਪ ਆਪਣੇ ਕੁਝ ਲੋਕਾਂ ਨੂੰ ਲੈ ਕੇ ਉਸ ਫਕੀਰ ਦੇ ਕੋਲ ਗਈ ਅਤੇ ਜਾ ਕੇ ਕਿਹਾ, ਇਹ ਫਕੀਰ, ਇਹ ਸ਼ਖਸ, ਤੂੰ ਹੁਣੇ ਇਸ ਨਗਰ ਨੂੰ ਛੱਡ ਕੇ ਚਲਾ ਜਾ, ਨਹੀਂ ਤਾਂ ਤੇਰੇ ਨਾਲ ਬਹੁਤ ਬੁਰੀ ਹੋਵੇਗੀ। ਫਕੀਰ ਕਹਿਣ ਲੱਗੇ ਕਿ ਇਹ ਨਗਰ ਜੀਸ 'ਤੇ ਤੂੰ ਜਾਦੂ ਕੀਤਾ ਹੋਇਆ, ਇਹ ਅੱਲਾ ਪਾਕ ਦਾ ਨਗਰ ਆ, ਇੱਥੇ ਸਾਰੇ ਸੱਚੇ ਅਤੇ ਪੱਕੇ ਮੁਸਲਮਾਨ ਰਹਿੰਦੇ ਆ, ਪਰ ਜਦੋਂ ਤੋਂ ਤੂੰ ਇਹਨਾਂ 'ਤੇ ਆਪਣੀ ਆਵਾਜ਼ ਦਾ ਹੁਸਨ ਦੇ ਜਾਦੂ ਕੀਤਾ, ਉਦੋਂ ਤੋਂ ਹੀ ਇਹ ਲੋਕ ਤੇਰੇ ਪਿੱਛੇ ਲੱਗ ਗਏ। ਕਿਉਂ ਲੱਗੇ? ਕਿਉਂਕਿ ਇਹਨਾਂ ਨੇ ਅੱਲਾ ਪਾਕ ਨੂੰ ਨਹੀਂ, ਆਪਣੀਆਂ ਜ਼ਰੂਰਤਾਂ, ਆਪਣੀਆਂ ਖੁਆਇਸ਼ਾਂ ਨੂੰ ਅੱਗੇ ਰੱਖਿਆ, ਇਸੇ ਕਰਕੇ ਇਹਨਾਂ 'ਤੇ ਤੇਰੇ ਹੁਸਨ ਦਾ ਜਾਦੂ ਚੱਲ ਗਿਆ। ਪਰ ਅੱਲਾ ਪਾਕ ਚਾਹੇਗਾ ਤਾਂ ਤੇਰੇ ਹੁਸਨ ਦਾ ਜਾਦੂ ਜ਼ਰੂਰ ਟੁੱਟੇਗਾ, ਇਹ ਲੋਕ ਦੁਬਾਰਾ ਅੱਲਾ ਪਾਕ ਦੇ ਰਹਿਮੋ ਕਰਮ ਦੇ ਨਾਲ ਅੱਲਾ ਦੇ ਦੀਨ 'ਤੇ ਦੁਬਾਰਾ ਕਾਇਮ ਹੋਣਗੇ। ਉਸ ਤਵਾਇਫ ਨੇ ਆਪਣੇ ਲੋਕਾਂ ਨੂੰ ਇਸ਼ਾਰਾ ਕੀਤਾ ਕਿ ਇਸ ਫਕੀਰ ਨੂੰ ਕੁੱਟ ਕੁੱਟ ਕੇ ਇਸ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਜਿੱਦਾਂ ਹੀ ਉਸ ਤਵਾਇਫ ਦੇ ਲੋਕ ਫਕੀਰ ਵੱਲੂ ਵਧੇ, ਅੱਲਾ ਪਾਕ ਦਾ ਐਸਾ ਅਜ਼ਾਬ ਆਇਆ ਕਿ ਜ਼ਮੀਨ ਫਟੀ। ਉਸ ਤਵਾਇਫ ਦੇ ਜਿੰਨੇ ਵੀ ਗੁੰਡੇ ਸੀ ਸਾਰੇ ਦੇ ਸਾਰੇ ਜ਼ਮੀਨ ਵਿੱਚ ਧਸ ਗਏ। ਇੰਨੇ ਚੇਨੂ ਪਿੰਡ ਦੇ ਵੀ ਲੋਕ ਇਕੱਠੇ ਹੋ ਚੁੱਕੇ ਸੀ। ਉਹਨਾਂ ਦੀ ਅੱਖਾਂ ਸਾਹਮਣੇ ਸਭ ਕੁਝ ਹੋਇਆ ਤਾਂ ਉਹਨਾਂ ਦੇ ਵੀ ਹੋਸ਼ ਠਿਕਾਣੇ ਆ ਗਏ। ਉਹ ਵੀ ਬੜੇ ਹੱਕੇ ਬੱਕੇ ਰਹਿ ਗਏ ਕਿ ਇੱਕ ਪਲ ਦੇ ਵਿੱਚ ਇੰਨੇ ਸਾਰੇ ਲੋਕ ਜ਼ਮੀਨ ਵਿੱਚ ਕਿੱਦਾਂ ਧਸ ਗਏ। ਇਹ ਦੇਖ ਕੇ ਉਹ ਤਵਾਇਫ ਬੜੀ ਗੁੱਸੇ ਹੋ ਗਈ। ਉਹ ਫਕੀਰਾਂ ਨੂੰ ਥੱਪੜ ਮਾਰਨੇ ਦੇ ਲਈ ਅੱਗੇ ਵਧੀ। ਜਿੱਦਾਂ ਹੀ ਉਹਨੇ ਫਕੀਰਾਂ 'ਤੇ ਥੱਪੜ ਚੱਕਿਆ, ਅੱਲਾ ਪਾਕ ਦੀ ਐਸੀ ਕੁਦਰਤ ਹੋਈ ਕਿ ਉਹ ਤਵਾਇਫ ਉਸੇ ਵੇਲੇ ਕੁੱਤੀ ਰੂਪ ਦੇ ਵਿੱਚ ਬਣ ਗਈ। ਉਹ ਤਵਾਇਫ ਕੁੱਤੀ ਬਣ ਗਈ ਅਤੇ ਉੱਥੇ ਖੜੀ ਬਹੁ ਬਹੁ ਕਰਨ ਲੱਗ ਪਈ। ਇਹ ਕਰਾਮਾਤ ਦੇਖ ਕੇ ਉਸ ਕਸਬੇ ਦੇ ਲੋਕਾਂ ਦੀ ਅੱਖਾਂ ਖੁੱਲ੍ਹ ਗਈਆਂ। ਉਸ ਤਵਾਇਫ ਦੇ ਹੁਸਨ ਦਾ ਅਤੇ ਆਵਾਜ਼ ਦਾ ਜਾਦੂ ਵੀ ਲੋਕਾਂ ਤੋਂ ਖਤਮ ਹੋ ਚੁੱਕਾ ਸੀ। ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਅਸੀਂ ਗਲਤ ਰਸਤੇ 'ਤੇ ਜਾ ਰਹੇ ਸੀ। ਜਿੱਦਾਂ ਹੀ ਉਸ ਤਵਾਇਫ ਦਾ ਜਾਦੂ ਟੁੱਟਿਆ, ਉਹਨਾਂ ਨੂੰ ਅੱਲਾ ਪਾਕ ਅਤੇ ਅੱਲਾ ਪਾਕ ਦਾ ਦੀਨ ਯਾਦ ਆ ਗਿਆ। ਲੋਕ ਦੁਬਾਰਾ ਮਸਜਿਦ ਜਾਣ ਲੱਗੇ, ਦੁਬਾਰਾ ਨਮਾਜ਼ਾਂ ਪੜ੍ਹਨ ਲੱਗੇ ਅਤੇ ਉਹ ਤਵਾਇਫ ਕੁੱਤੀ ਬਣ ਕੇ ਉਸ ਨਗਰ ਦੇ ਵਿੱਚੋਂ ਨਿਕਲ ਕੇ ਜੰਗਲਾਂ ਵੱਲੋਂ ਚਲੀ ਗਈ। ਸੋ ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਆ। ਜਦੋਂ ਵੀ ਅਸੀਂ ਅੱਲਾ ਪਾਕ ਦੀ ਰਾਹ ਦੇ ਵਿੱਚ ਰੋੜੇ ਬਣਦੇ ਹਾਂ, ਜਦੋਂ ਵੀ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਜਾਂ ਕੋਈ ਬੁਰਾ ਕਰਮ ਕਰਦੇ ਹਾਂ ਜਾਂ ਲੋਕਾਂ ਨੂੰ ਅੱਲਾ ਦੇ ਦੀਨ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਪੁੱਠੇ ਰਸਤੇ ਪਾਉਂਦੇ ਹਾਂ, ਉਹਦਾ ਸਾਨੂੰ ਫਲ ਬਹੁਤ ਮਾੜਾ ਮਿਲਦਾ।
ਉਹਦਾ ਫਲ ਇੰਨਾ ਭਿਆਨਕ ਹੁੰਦਾ ਕਿ ਸਾਡੇ ਕਈ ਜਨਮਾਂ ਦਾ ਅਜ਼ਾਬ ਸਾਡੇ ਪੱਲੇ ਪੈ ਜਾਂਦਾ। ਬਹੁਤ ਬੁਰੀਆਂ ਬੁਰੀਆਂ ਜੂਨਾਂ ਇਨਸਾਨ ਨੂੰ ਭੋਗਣੀਆਂ ਪੈ ਜਾਂਦੀਆਂ। ਸੋ ਚੰਗੇ ਬਣੋ, ਨੇਕ ਕਰਮ ਕਰੋ, ਉਹਦੇ ਵਿੱਚ ਹੀ ਸਾਡਾ ਭਲਾ ਹੋਵੇਗਾ।